गुरु की लाडलियां फौजां ने जिहड़ियां बाबा जी रगड़ा जिहड़ा ला रहे ने ता इह बूटी पाई आ बाबा जी तुसीं हुण। हाँ बूटी पाई आ इह। हाँ जी ये बहुत मेहनत की पहला वढ़ी आ फिर सुखाई आ फिर झाड़ी आ धोती एन टच की तेग तो देग एक बराबर आ जिहो जी तेग वाली जिहो जिहा रगड़ा पी लिया की पैंदा इह इहदे च काली मिर्च लैची खास खास ते बदाम काजू रगड़ा इहदे वास्ते मर्यादा अलग है सारी जिवें मान लो त्यार पर त्यार होकर केसी स्नान करके लाउण दा फर्ज है साडा जिवें तुसीं मूँह कवर किया होया सारा ते इह मूँह क्यों कवर करन दा की रीज़न आ इह भी मर्यादा चाहुंदा मूँह बन के रगड़ा लाउण ਭੰਗਾਂ ਪੀ ਕੇ ਜਿੱਥੇ ਮੋਰਚਾ ਲਾ ਕੇ ਉੱਥੇ ਲਾਈ ਰੱਖਾਂ ਘਰ ਦਾ ਨਹੀਂ ਇਹਨਾਂ ਨੂੰ ਦੇਖ ਦੂ ਕਿਸ਼ਾ ਕਿ ਉਹ ਘਰ ਦਾ ਨਹੀਂ ਫਿਕਰ ਰਹਿੰਦਾ ਜਾਂ ਆਪ ਪੈਣੀ ਜਾਂ ਗਾਹ ਖੈਣੀ ਆਪ ਨਹੀਂ ਮਰਨੋਂ ਡਰਦੇ ਸ਼ੱਕ ਕੌਣ ਕੌਣ ਸਕਦਾ ਇਹ ਨਿਹੰਗ ਸਿੰਘ ਛੱਕ ਸਕਦੇ ਨੇ ਇਕੱਲੇ ਕਾ ਹੋਰ ਵੀ ਛੱਕ ਸਕਦੇ ਨੇ ਇਹਨੇ ਤਾਂ ਵੀ ਪ੍ਰਸ਼ਾਦ ਨੂੰ ਛੱਕਣਾ ਉਹ ਠੀਕ ਆ ਜਿਹਨੇ ਫਿਰ ਨਸ਼ਾ ਲੈਣਾ ਤੇ ਨਸ਼ਾ ਤੇ ਨਸ਼ਾ ਹੀ ਆ ਸਮਰਪਿਤ ਕਰਤੀ ਸਾਰੀ ਜ਼ਿੰਦਗੀ ਮਾਣ ਤੇ ਹੈਗਾ ਦਸ ਲੈ ਕੇ ਵੀ ਚੱਕਰੇ ਸੀਧੀ ਪਵੇ ਨਾ ਸਵਾਦ ਪੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਜ ਗੱਜ ਕੇ ਜਗਾਰੇ ਬੁਲਾਵੇ ਸੀਧਾ ਸਿੰਘਾਂ ਦੇ ਮਨ ਨੂੰ ਭਾਵੇ ਗੁਰੂ ਗੋਬਿੰਦ ਸੁਣ ਕੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਚੜ੍ਹਦੀ ਗੱਲ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਅਤੇ ਵੱਖ ਵੱਖ ਸੰਗਤ ਆ ਜਿਹੜੀ ਵੱਖ ਵੱਖ ਜ਼ਿਲ੍ਹਿਆਂ ਤੋਂ ਵੱਖ ਵੱਖ ਇਲਾਕਿਆਂ ਤੋਂ ਇੱਥੇ ਪਹੁੰਚ ਰਹੀ ਆ ਅਤੇ ਨਿਹੰਗ ਬਾਬਾ ਜੀ ਨੇ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਅਤੇ ਦੇਖਦੇ ਹਾਂ ਰਗੜੇ ਦੀ ਮਰਿਆਦਾ ਕੀ ਹੁੰਦੀ ਆ ਗੱਲਬਾਤ ਵੀ ਕਰਾਂਗੇ ਅਤੇ ਬਣਦਾ ਕਿਵੇਂ ਆ ਤੁਹਾਨੂੰ ਸਾਰਾ ਦਿਖਾਵਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਨਿਹੰਗ ਸਿੰਘ ਫੌਜਾਂ ਕਿਸਾਨ ਅੰਦੋਲਨ ਦੇ ਵਿੱਚ ਵੀ ਬੈਠੀਆਂ ਸੀ ਸਭ ਤੋਂ ਅੱਗੇ ਅਤੇ ਇੱਥੇ ਵੀ ਸਭ ਤੋਂ ਅੱਗੇ ਬੈਠੀਆਂ ਨੇ ਮਤਲਬ ਰਗੜਾ ਲਾਉਣ ਲੱਗੇ ਹੋ ਨਾਲ ਤਾਂ ਰਗੜਾ ਲਾਓ ਸਾਨੂੰ ਦਿਖਾਓ ਨਾਲੇ ਕਿਵੇਂ ਲੱਗਦਾ ਤੇ ਇਹਦੀ ਮਰਿਆਦਾ ਕੀ ਆ ਸਾਨੂੰ ਨਾਲ ਚ ਨਾਲੇ ਵੀ ਸਮਝਾਉਂਦੇ ਰਹੋ ਇਹਦੀ ਮਰਿਆਦਾ ਇਹ ਹੀ ਆ ਸਿੱਧੀ ਰਗੜੇ ਤੇਗ ਦੇਗ ਤੇ ਤੇਗ ਤੇ ਦੇਗ ਇੱਕ ਬਰਾਬਰ ਆ ਜਿਹੋ ਜਿਹੀ ਤੇਗ ਵਾਲੀ ਜਿਹੋ ਜਿਹਾ ਰਗੜਾ ਪੀ ਲਿਆ ਹਾਂਜੀ ਇੱਕ ਬਰਾਬਰ ਮੰਨਿਆ ਜਾਂਦਾ ਸਿੱਧੀ ਰਗੜੇ ਹਾਂਜੀ ਹਾਂਜੀ ਚਲੋ ਜਿਵੇਂ ਤੁਸੀਂ ਮੂੰਹ ਕਵਰ ਕੀਤਾ ਹੋਇਆ ਸਾਰਾ ਤੇ ਇਹ ਮੂੰਹ ਕਿਉਂ ਕਵਰ ਕਰਨ ਦਾ ਕੀ ਰੀਜ਼ਨ ਆ ਇਹ ਵੀ ਮਰਿਆਦਾ ਚਾਹੁੰਦਾ ਮੂੰਹ ਬੰਨ ਕੇ ਰਗੜਾ ਲਾਉਣ ਮਰਿਆਦਾ ਦੇ ਵਿੱਚ ਆ ਕੇਸੀ ਵੀ ਨਹਾ ਕੇ ਪਿੰਡੇ ਨਹਾ ਕੇ ਤਿਆਰ ਪਰ ਤਿਆਰ ਹੋ ਕੇ ਲਾਵੇ ਰਗੜਾ ਸੀਤੀ ਰਗੜਾ ਅੱਛਾ ਜਿਹੜਾ ਇਹ ਰਗੜਾ ਇਹਦੇ ਵਾਸਤੇ ਮਰਿਆਦਾ ਅਲੱਗ ਹੈ ਸਾਰੀ ਜਿਵੇਂ ਮੰਨ ਲਓ ਤਿਆਰ ਪਰ ਤਿਆਰ ਹੋ ਕੇ ਕੇਸੀ ਇਸ਼ਨਾਨ ਕਰਕੇ ਲਾਉਣ ਦਾ ਫਰਜ਼ ਹੈ ਸਰ ਸਾਡਾ ਹਾਂਜੀ ਇਹਦੇ ਵਿੱਚ ਪਾ ਕੀ ਰਹੇ ਹੋ ਫਿਰ ਤੁਸੀਂ ਹੁਣ ਕੀ ਪੈਂਦਾ ਇਹ ਚ ਇਹਦੇ ਚ ਕਾਲੀ ਮਿਰਚ ਲੈਚੀ ਖਾਸ ਖਾਸ ਤੇ ਬਦਾਮ ਕਾਜੂ ਇੱਦਾਂ ਦੀਆਂ ਚੀਜ਼ਾਂ ਪਾ ਰਹੇ ਹਾਂ ਮੱਗ 'ਚ ਵੀ ਪਾ ਲਈਦੇ ਆ ਅੱਛਾ ਦੁੱਧ ਵੀ ਹਾਂ ਸਾਰਾ ਕੁਛ ਹੀ ਪੈਂਦਾ ਇਹਦੇ ਵਿੱਚ ਹਾਂਜੀ ਇਹਦੇ 'ਚ ਬਹੁਤ ਤਾਂ ਇਹਦੇ ਵਿੱਚ ਜਿਵੇਂ ਆਪਾਂ ਕਹਿੰਦੇ ਹਾਂ ਪੰਗ ਵੀ ਪਾਓਗੇ ਫਿਰ ਤੁਸੀਂ ਹਾਂਜੀ ਭਾਗ ਰਗੜਾ ਵੀ ਪਾਉਣਾ ਭੰਗ ਤਾਂ ਨਹੀਂ ਕਹਿੰਦੇ ਅਸੀਂ ਇਹਨੂੰ ਰਗੜਾ ਕਹਿੰਦੇ ਹਾਂ ਬੂਟੀ ਕਹਿ ਦੇਈਦਾ ਅੱਛਾ ਬੂਟੀ ਕਹਿੰਦੇ ਹੋ ਫਿਰ ਬੂਟੀ ਪੀ ਕੇ ਫਿਰ ਨਿਹੰਗ ਸਿੰਘ ਫਿਰ ਤਿਆਰ ਪਰ ਤਿਆਰ ਰਹਿੰਦੇ ਆ ਖਾਲ ਲਾਲ ਲੜੀਆਂ ਫੌਜਾਂ ਗੁਰੂ ਦੀਆਂ ਹਾਂਜੀ ਹਾਂਜੀ ਹਾਂ ਫਿਰ ਮੋਰਚਾ ਫੇਰ ਜਿੱਤ ਹੁੰਦਾ ਜੀ ਹਾਂ ਮਤਲਬ ਇਹ ਜਿਹੜੀ ਮਰਿਆਦਾ ਸੀਗੀ ਰਗੜੇ ਦੀ ਮਰਿਆਦਾ ਇਹ ਚੱਲੀ ਕਦ ਤੋਂ ਜਿਵੇਂ ਪੁੱਛਾਂ ਗੁਰੂ ਸਾਹਿਬਾਨ ਦੇ ਸਮੇਂ ਤੋਂ ਗੋਬਿੰਦ ਸਿੰਘ ਨੇ ਚਲਾਈ ਜੀ ਇਹ ਹਾਂਜੀ ਉਸ ਤੋਂ ਪਹਿਲਾਂ ਨਹੀਂ ਸੀ ਚੱਲ ਨਹੀਂ ਜੀ ਪਹਿਲਾਂ ਨਹੀਂ ਸੀ ਚੱਲ ਇਹ ਗੁਰੂ ਗੋਬਿੰਦ ਨੇ ਚਲਾਇਆ ਜੋ ਮਰਿਆਦਾ ਹਾਂਜੀ ਉਹਦੀ ਮਰਿਆਦਾ 'ਤੇ ਚੱਲੀ ਜਾਂਦਾ ਕੰਮ ਹਾਂਜੀ ਜੋ ਉਹਨੇ ਮਰਿਆਦਾ ਚਲਾ ਦਿੱਤੀ ਹਾਂਜੀ ਲੋਕ ਕਈ ਸਵਾਲ ਵੀ ਚੁੱਕਦੇ ਨੇ ਇਸ ਚੀਜ਼ ਦੇ ਉੱਪਰ ਜਿਵੇਂ ਮੰਨ ਲਓ ਕਹਿੰਦੇ ਵੀ ਨਿਹੰਗ ਸਿੰਘ ਦਾ ਭੰਗ ਪੀ ਜਾਂਦੇ ਨੇ ਕਹਿੰਦੇ ਬੈਠੇ ਰਹਿੰਦੇ ਨੇ ਇਹਨਾਂ ਭੰਗ ਪੀ ਕੇ ਉਹ ਬੰਦਿਆਂ ਨੂੰ ਕੀ ਕਹਿਣਾ ਚਾਹੋਗੇ ਫਿਰ ਉਹ ਇੱਦਾਂ ਦਾ ਨਿਹੰਗ ਸਿੰਘ ਫਿਰ ਘਰੋਂ ਫਿਰ ਤੈਨੂੰ ਪਤਾ ਵੇ ਫਰਾਰ ਹੋਏ ਹੁੰਦੇ ਆਪਦੇ ਭੰਗਾਂ ਪੀ ਕੇ ਜਿੱਥੇ ਮੋਰਚਾ ਲਾ ਕੇ ਉੱਥੇ ਲਾਈ ਰੱਖਣਾ ਘਰ ਦਾ ਨਹੀਂ ਇਹਨਾਂ ਨੂੰ ਦੇਖ ਦੂ ਕਿਸ਼ਾ ਕਿ ਉਹ ਘਰ ਦਾ ਨਹੀਂ ਫਿਕਰ ਰਹਿੰਦਾ ਜਾਂ ਆਪ ਪੈਣੀ ਜਾਂ ਗਾਹ ਖੈਣੀ ਆਪ ਨਹੀਂ ਮਰਨੋਂ ਡਰਦੇ ਹੁਣ ਘੋੜਿਆਂ ਦੇ ਲਾਡੜੀਆਂ ਫੌਜਾਂ ਚੜ੍ਹੀ ਫਿਰਦੀਆਂ ਵਾਂ ਜਿੱਦਣ ਮਰਜ਼ੀ ਚਿੱਤ ਕਰਦਾ ਚੜ੍ਹ ਜਾਂਦੀਆਂ ਹਾਂਜੀ ਚੱਕਰਵਰਤੀ ਫੌਜਾਂ ਨੇ ਹੈ ਨਾ ਅਤੇ ਘਰ ਨੀਲਾ ਸਮਾਨ ਹੀ ਆ ਫੌਜਾਂ ਦਾ ਫਿਰ ਹਾਂਜੀ ਹਾਂਜੀ ਇੱਦਾਂ ਨਾ ਵਾ ਚੱਕਰਵਰਤੀ ਆ ਮਹਾਰਾਜ ਦੇ ਘੋੜੇ ਅੱਠ ਦਿੱਤੇ ਹੋਏ ਆ ਉਹਨਾਂ ਨੂੰ ਪੱਠੇ ਡੱਕਾ ਪਾ ਲਈਦਾ ਸਾਡੇ ਨਲ ਵਾਲੇ ਸੰਤ ਹੁੰਦੇ ਬਲਵੀਰ ਨਾਥ ਉਹਨਾਂ ਨੇ ਸਾਨੂੰ ਇਹ ਘੋੜੇ ਬਖਸ਼ੇ
ਤੇ ਹੁਣ ਉਹਦਾ ਸਾਡੇ ਕੋਲ 8-9 ਘੋੜੇ ਆ, 2 ਰੇੜੇ ਆ, ਮੋਟਰਸਾਈਕਲ ਵੀ ਮਿਲਿਆ, ਇਹਨਾਂ ਦੀਆਂ ਚੀਜ਼ਾਂ ਮਿਲੀ ਜਾਂਦੀਆਂ ਵਾ, ਤੂੜੀ ਤੰਦ ਵੀ ਮਿਲੀ ਜਾਂਦਾ ਸਾਨੂੰ, ਬਸ ਘਰ ਦਾ ਨਹੀਂ ਕੋਈ ਏਡਾ ਖਿਆਲ ਹੈ, ਚਲੇ ਜਾਈਦਾ ਹਜੇ ਤਾਂ ਰੋਟੀ ਪਾਣੀ ਨਹੀਂ ਕਰ ਪਕਾਈਦਾ, ਹੈ ਚਲੇ ਜਾਈਦਾ ਤੂੰ ਏਡਾ ਏਡਾ ਨਹੀਂ, ਮਨ ਨਹੀਂ ਕਰਦਾ ਘਰ ਨੂੰ। ਗੁਰੂ ਨੂੰ ਸਮਰਪਿਤ ਕਰਤੀ ਸਾਰੀ ਜ਼ਿੰਦਗੀ, ਮਨ ਤੇ ਹੈਗਾ ਤਾਂ ਸਲੇਖ ਕੇ ਵੀ ਤੇ ਕਿਤੇ ਸ਼ਹੀਦੀ ਪਵੇ ਨਾ, ਸਵਾਦ ਫੇਰ ਆਉਂਦਾ। ਹਾਂ ਫੌਜਾਂ ਸ਼ਹੀਦੀ ਨੂੰ ਤਿਆਰ ਰਹਿੰਦੀਆਂ ਨੇ ਹਰ। ਹਾਂ ਚੜ੍ਹਦੀ ਕਲਾ ਫਿਰ ਕਿਵੇਂ ਮਿਲਦੀ ਆ ਫੌਜ ਨੂੰ? ਤੋਂ ਮਿਲਣੀ ਆ। ਅੱਛਾ ਹਾਂਜੀ, ਇਹ ਤੋਂ ਚੜ੍ਹਦੀ ਕਲਾ ਤੇ ਜਦੋਂ ਪੀ ਲਈ ਤਾਂ ਫਿਰ ਚੜ੍ਹਦੀ ਕਲਾ ਹੀ ਆ। ਹਾਂ ਪੂਰਾ ਮਰਜ਼ਾਦਾ 'ਚ ਲੱਗਾ ਹੋਵੇ ਫਿਰ ਚੜ੍ਹਦੀ ਕਲਾ ਹੀ ਰਹਿੰਦੀ ਆ, ਸਦਾ ਨਿਹੰਗ ਸਿੰਘ ਤਾਂ ਸਦਾ ਹੀ ਰਹਿੰਦੀ ਆ, ਇਹਦੀ ਵੀ ਨਹੀਂ ਗੱਲ, ਸਦਾ ਹੀ ਰਹਿੰਦੀ ਆ। ਇਸ ਦੇ ਨਾਲ ਜੇ ਮੈਂ ਪੁੱਛਿਆ ਇਹਦੀ ਮਰਿਆਦਾ ਸ਼ੱਕ ਕੌਣ ਕੌਣ ਸਕਦਾ, ਇਹ ਨਿਹੰਗ ਸਿੰਘ ਹੀ ਸ਼ੱਕ ਸਕਦੇ ਨੇ ਇਕੱਲੇ ਕਾ ਹੋਰ ਵੀ ਸ਼ੱਕ ਸਕਦੇ ਨੇ ਜੇ ਆਪਾਂ ਸਿੱਖ ਪਰੰਪਰਾਵਾਂ ਦੇ ਹਿਸਾਬ ਨਾਲ? ਮਰਜ਼ੀ ਸਕਦਾ, ਸ਼ੱਕਣ ਦੀ ਤਾਂ ਨਹੀਂ ਗੱਲ ਕੋਈ। ਹਾਂ ਇੱਕ ਨਿਹੰਗਾਂ ਦਾ ਕਿਹੜਾ ਦਾਜ ਹੈ, ਹੋਰ ਵੀ ਸ਼ੱਕ ਸਕਦੇ ਆ, ਸ਼ੱਕਦੇ ਆ ਸਿੰਘ ਉਹ, ਅਤੇ ਜਿਹਨੇ ਤਾਂ ਬਈ ਪ੍ਰਸ਼ਾਦ ਨੂੰ ਛਕਣਾ ਉਹ ਠੀਕ ਆ, ਜਿਹਨੇ ਫਿਰ ਨਸ਼ਾ ਲੈਣਾ ਤਾਂ ਨਸ਼ਾ ਤਾਂ ਨਸ਼ਾ ਹੀ ਆ, ਕਈ ਹੁਣ ਨਸ਼ੇ ਨੂੰ ਛਕਦੇ ਆ, ਬੀੜੀਆਂ ਬੂੜੀਆਂ 'ਚ, ਉਹ ਥੋੜ੍ਹਾ ਗੱਲ ਇੱਦਾਂ ਰੱਖਦੇ ਜਾਂ ਉਹਦੀ ਮਰਜ਼ਾਦਾ 'ਚ ਲਾਇਆ ਹੋਵੇ, ਚੜ੍ਹਦੀ ਕਲਾ ਰਹਿੰਦੀ ਆ। ਹਾਂ ਇਹ ਪੀਣ ਦੇ ਵੀ ਮਿਕਦਾਰ ਆ ਇੱਕ, ਹੈ ਨਾ, ਇੱਕ ਤਾਂ ਜ਼ਿਆਦਾ ਪੀ ਲੈਣਾ ਉਹ ਨਸ਼ੇ ਵਾਂਗ ਕੰਮ ਕਰੂਗਾ, ਜਿਹੜਾ ਮਿਕਦਾਰ 'ਚ ਪੀਣਾ, ਹਾਂਜੀ ਜਿਹੜਾ ਆਪਦੀ ਕੰਟਰੋਲ 'ਚ ਰੱਖਣਾ ਉਹ ਚੜ੍ਹਦੀ ਕਲਾ ਹੋਣੀ ਆ। ਹਾਂਜੀ ਇੱਦਾਂ ਵਾ, ਸ਼ੁਰੂ ਕਰੋਗੇ ਫਿਰ ਰਗੜਾ ਹੁਣ? ਦਿਖਾਓ ਸਾਨੂੰ ਸ਼ੁਰੂ ਕਰਕੇ ਰਗੜਾ ਫਿਰ। ਤਾਂ ਦੇਖ ਸਕਦੇ ਹੋ ਤੁਸੀਂ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਜਿਹੜੀਆਂ, ਬਾਬਾ ਜੀ ਰਗੜਾ ਜਿਹੜਾ ਲਾ ਰਹੇ ਨੇ, ਵਿੱਚ ਬਦਾਮ ਪਾਏ ਹੋਏ ਨੇ, ਮਗਜ਼ ਪਾਏ ਹੋਏ ਨੇ, ਛੋਟੀ ਇਲਾਇਚੀ ਪਾਈ ਹੋਈ ਆ, ਅਤੇ ਇਸ ਦੇ ਨਾਲ ਕਾਲੀ ਮਿਰਚ ਹੋ ਗਈ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਸਾਰੀਆਂ, ਭੰਗ ਹੈ ਜਿਹੜੀ, ਮੰਨ ਲਓ ਇਹਨੂੰ ਬੂਟੀ ਕਹਿੰਦੇ ਨੇ, ਤਾਂ ਇਹ ਬੂਟੀ ਪਾਈ ਆ ਬਾਬਾ ਜੀ ਤੁਸੀਂ ਹੁਣ? ਹਾਂ ਬੂਟੀ ਪਾਈ ਆ ਇਹ। ਹਾਂਜੀ ਇਹ ਬਹੁਤ ਮਿਹਨਤ ਕੀਤੀ ਆ, ਪਹਿਲਾਂ ਵੱਢੀ ਆ, ਫਿਰ ਸੁਕਾਈ ਆ, ਫਿਰ ਝਾੜੀ ਆ, ਧੋਤੀ ਧਾਤੀ, ਐਂ ਟੱਚ ਕੀਤੀ ਆ ਜੀ। ਸਿੱਧੀ ਸਿੱਧੀ ਨਹੀਂ ਪੈਂਦੀ ਹੈਗੀ ਇਹ, ਬਹੁਤ ਮਿਹਨਤ ਕਰਨੀ ਪੈਂਦੀ, ਕੰਡ ਬਹੁਤ ਲੜਦੀ ਆ ਇੱਕ ਦਿਨ, ਫਿਰ ਮੈਂ ਸੋਧ ਕੇ ਫਿਰ ਰੱਖਣੀ ਆ ਬੋਰਿਆਂ 'ਚ ਪਾ ਕੇ, ਫਿਰ ਇਹਨਾਂ ਲਾਉਣਾ ਵਾ ਮਰਿਆਦਾ ਆਦਿ 'ਚ। ਤੋੜਦੇ ਫਿਰ ਕਿੱਥੋਂ ਤੁਸੀਂ, ਜਿਵੇਂ ਮੰਨ ਲਓ ਇਹ ਇਹ ਜਿੱਥੇ ਆਪਣੇ ਇਹਨਾਂ ਸੜਕਾਂ 'ਤੇ ਹੁੰਦੀ ਹੈ, ਜਿੱਥੇ ਚਾਹੀਦੀ ਬੂਟੀ ਦਿਸੀ ਉਹ ਲੈ ਜਾਣੀ ਆ, ਉਹੋ ਜਿਹੇ ਥਾਂ ਨਹੀਂ ਵੱਢਣੀ, ਵਧੀਆ ਥਾਂ ਪੋਥੀ ਵੱਢ ਲੈਣੀ ਆ, ਉਹ ਧੋ ਕੇ ਬੋਰੇ ਭਰ ਕੇ ਰੱਖ ਲੈਣੀ ਆ। ਅਤੇ ਸਿੰਘਾਂ ਨੇ ਇੱਦਾਂ ਆਏ, ਚਲੋ ਦੇ ਵੀ ਦੇਈ ਦੀ ਸਿੰਘਾਂ ਨੂੰ, ਹਾਂ ਹੁਣ ਸਾਡੇ ਕੋਲ ਆਈ, ਹੁਣ ਫਿਰ ਅਸੀਂ ਫਿਰ ਦੇ ਕੇ ਜਾਣੀ ਸਿੰਘਾਂ ਨੂੰ ਥੋੜ੍ਹੀ ਜਿਹੀ ਬੂਟੀ ਇੱਥੇ, ਅੱਬਲ ਤਾਂ ਜਿੱਥੇ ਹੀ ਹਾਂ ਅਸੀਂ ਬੂਟੀ ਵਾਢੀ ਆਪਦੀ ਲੈ ਕੇ ਆਏ, ਸਿੰਘਾਂ ਨੂੰ ਵੀ ਦੇਣੀ ਬੂਟੀ, ਜਿਹਦੇ ਕੋਲ ਨਾ ਹੋਈ ਉਹਨਾਂ ਨੂੰ ਕਹਿੰਦਾ ਸਿੰਘ ਸਾਡੇ ਕੋਲ ਬੂਟੀ। ਸੜਕਾਂ ਦੇ ਆਲੇ ਦੁਆਲੇ ਬਾਬਾ ਜੀ ਫਿਰ ਆਪੇ ਹੋ ਜਾਂਦੀ ਹੈ, ਜਿਵੇਂ ਸੜਕਾਂ ਦੇ ਆਲੇ ਦੁਆਲੇ ਹੁੰਦੀ ਆ ਲੱਗੀ ਹੋਈ, ਜਾਂ ਇਹ ਆਪਣੇ ਆਪ ਹੀ ਹੋ ਜਾਂਦੀ ਆ? ਹਾਂ ਹੁਣ ਇਹ ਫੁੱਟਾ ਹੀ ਆ ਚੇਤ ਨੂੰ, ਉਹ ਹੀ ਆਈ ਆ, ਇਹ ਵਿਸਾਖ ਨੂੰ ਲਾ ਲਾ ਪੱਕਦੀ ਆ ਸੁਕੱਤੇ ਨੂੰ, ਉਦੋਂ ਬੂਟੀ ਹੁੰਦੀ ਹੈ ਛਕਣ ਵਾਲੀ, ਉਦੋਂ ਇੱਕ ਦੋ ਬੋਰੇ ਭਰ ਕੇ ਰੱਖ ਲੈਣੇ ਆ, ਅਤੇ ਛੱਡਦੀ ਗਲਾ ਵਾ। ਹਾਂ ਸਾਰਾ ਸਾਲ ਚੱਲਣੀ ਆ ਸਾਡੇ ਕੋਲ, ਪਿਛਲੇ ਸਾਲ ਦੀ ਅਜੇ ਪਈ ਆ, ਨਵੀਂ ਵਾਲੀ ਅੱਖੀ ਆ ਤਾਂ ਪਿਛਲੇ ਸਾਲ ਦੀ ਪਈ ਆ, ਬੋਰਾ ਇੱਕ ਪਿਆ ਹਜੇ। ਹਾਂ ਜਿੰਨੀ ਪੁਰਾਣੀ ਹੋਈ ਜਾਂਦੀ ਆ ਫਿਰ ਵੀ ਕੋਈ ਡਿਗਰੀ ਜਿੱਦਾਂ ਕਹਿੰਦੇ ਨੇ ਵੀ ਵੱਧ ਜਾਂਦਾ ਫਿਰ ਰੋਕਣ ਹੁੰਦਾ ਕੋਈ ਸਿਸਟਮ? ਇੱਦਾਂ ਹੀ ਮੇਰਾ ਜਿਹੜਾ ਜਿਹਦੇ ਕੋਲ ਮੈਂ ਗੁਰੂ ਧਾਰਿਆ ਜਿਹਨੂੰ ਪਿਓ ਬਣਾਇਆ ਸੀ, ਉਹ ਮੈਨੂੰ ਕਹਿੰਦਾ 3 ਸਾਲਾਂ ਤਾਈਂ ਬੂਟੀ ਜਿਹੜੀ ਉਹ ਕਾਮਯਾਬ ਆ। ਮੈਂ 2 ਸਾਲਾਂ ਤਾਈਂ ਲੈ ਗਿਆ, ਮੇਰੇ ਕੋਲ ਪੂਰਾ ਰੱਖਿਆ, 3 ਸਾਲਾਂ ਤਾਈਂ ਮੇਰੇ ਜਾਣਾ। ਉਹਨੇ ਮੈਨੂੰ ਦੱਸੀ ਇਹ ਗੱਲ, ਕਹਿੰਦਾ 3 ਸਾਲਾਂ ਤਾਈਂ ਬੂਟੀ ਕਾਮਯਾਬ ਆ। 3 ਸਾਲ ਰੱਖ ਸਕਦੇ? ਹਾਂ ਅਤੇ 3 ਸਾਲਾਂ ਨੂੰ ਪੀਣੀ ਆ। ਅਤੇ ਮੇਰਾ ਰੱਖਿਆ ਇੱਕ ਪੂਰਾ ਭਰ ਕੇ, 3 ਸਾਲ ਪੂਰੇ ਕਰਕੇ ਇਹ ਲਾਉਣਾ ਤੁਹਾਨੂੰ ਰੱਖਿਆ ਹੋਇਆ। ਹਾਂ ਹਾਂਜੀ ਇੱਦਾਂ, ਇਹਦੇ ਵਿੱਚ ਫਿਰ ਇਸ ਤੋਂ ਬਾਅਦ ਫਿਰ ਦੁੱਧ ਪਾ ਦੇਣਾ, ਸਾਰਾ ਸਮਾਨ ਪਾਉਣਾ, ਦੁੱਧ ਵਾ ਫਿਰ ਖੰਡ ਪੱਤੀ ਜੋ ਇਹਦੇ 'ਚ ਪੱਤੀ ਨਹੀਂ ਪਾਉਣੀ, ਦੁੱਧ ਇਹਨਾਂ ਦਾ ਪਾ ਦੇਣਾ, ਖੰਡ ਦੁੱਧ। ਹਾਂ ਨਿਹੰਗ ਸਿੰਘ ਜਿਵੇਂ ਮੰਨ ਲਓ ਹੁਣ ਸਾਡੇ ਵਰਗੇ ਨੇ ਜਾਂ ਹੋਰ ਅੱਜ ਕੱਲ੍ਹ ਹੋ ਗਏ, ਇਹ ਅਸੀਂ ਤਾਂ ਇਹ ਪੀਤੀ ਉਹ ਨਹੀਂ ਕਦੇ, ਹੈ ਨਾ, ਹੁਣ ਅੱਜ ਕੱਲ੍ਹ ਚੱਲਦੀ ਆ ਚਾਹ, ਚਾਹ ਨੂੰ ਨਿਹੰਗ ਸਿੰਘ ਢਿੱਡ ਫੂਕਣੀ ਕਹਿੰਦੇ ਨੇ, ਉਹ ਢਿੱਡ ਫੂਕਣੀ ਕਾਹਦੇ ਕਹਿੰਦੇ ਨੇ ਉਹਨੂੰ? ਉਹ ਢਿੱਡ ਹੀ ਫੂਕਣਾ ਉਹਨੇ, ਆਹ ਕੋਈ ਚੀਜ਼ ਠੀਕ ਆ ਕਿੰਨਾ ਕੁ ਪਾਇਆ ਤੇਰੇ ਸਾਹਮਣੇ, ਅਤੇ ਉਹਨੇ ਢਿੱਡ ਹੀ ਫੂਕਣਾ ਚਾਹ ਨੇ, ਆਹ ਗੱਲਾਂ ਜੋ ਨਿਹੰਗ ਕਹਿ ਰਹੇ ਸੱਚ ਕਹਿ ਰਹੇ। ਨਿਹੰਗ ਸਿੰਘਾਂ ਦੇ ਬਾਬਾ ਜੀ ਹੋਰ ਵੀ ਬੋਲੇ ਨੇ ਕਈ, ਜਿਵੇਂ ਮੰਨ ਲਓ ਜਲ ਤੋਰੀ ਕਹਿੰਦੇ ਨੇ, ਜਾਂ ਉਹ ਦੱਸੋਗੇ ਸਾਨੂੰ ਕਿਹੜੇ ਕਿਹੜੇ ਬੋਲੇ ਹੁੰਦੇ ਨੇ ਮੰਨ ਲਓ ਨਿਹੰਗ ਸਿੰਘਾਂ ਦੀ ਬੋਲੀ? ਮਿਰਚ ਨੂੰ ਜਿੱਦਾਂ ਲੜਾਕੀ ਕਹਿ ਦਿੰਦੇ ਆ, ਬੱਕੇ ਨੂੰ ਤਾਂ ਕਈ ਕੁਛ ਨਾਮ ਆ ਜਿੰਨਾ ਦੇ ਜੀ, ਰੇਲ ਦੇ ਇੰਜਣ ਨੂੰ ਤੇਜਾ ਸਿੰਘ ਕਹਿ ਦੇਣਾ, ਦੂਜੇ ਨੂੰ ਭੂਤ ਨਹੀਂ ਕਹਿ ਦੇਣਾ, ਇੱਕ ਨੂੰ ਵਾਪ ਰੋੜਾ, ਬੱਕਰੀ ਨੂੰ
ਕਾਜਪਾਰੀ ਇਹਦਾ ਨੇ ਕਈ ਨਾਂ ਇਹਨਾਂ ਦੇ ਜੀ ਉਹਦੇ ਆਪਣੇ ਲਾਏ ਕੀ ਕਹਿੰਦੇ ਦੁੱਧ ਨੂੰ ਸਮੁੰਦਰ ਕਹਿੰਦੇ ਨੇ ਹਾਂ ਸਮੁੰਦਰ ਕਹਿੰਦੇ ਦੁੱਧ ਨੂੰ ਅੱਛਾ ਹਾਂ ਸਮੁੰਦਰ ਤੇ ਬਾਟਾ ਵਾ ਉਹਨੂੰ ਵਿਹੜਾ ਕਹਿੰਦੇ ਨੇ ਗਲਾਸ ਨੂੰ ਚਵਾਰਾ ਕਹਿ ਦਿੰਦੇ ਆ ਇਹਦਾ ਦੀਆਂ ਗੱਲਾਂ ਬਹੁਤ ਜਾਣਦੇ ਜੀ ਜਿਹੜੇ ਖਾਲਸੇ ਦੀ ਜਿਹੜੀ ਬੋਲੀ ਆ ਉਹ ਖਾਲਸਾ ਹੀ ਸਮਝ ਸਕਦਾ ਤੀਜਾ ਨਹੀਂ ਸਮਝ ਸਕਦਾ ਨਹੀਂ ਦੂਜੇ ਨੂੰ ਨਹੀਂ ਪਤਾ ਲੱਗਦਾ ਤੂੰ ਇਹਦੇ ਕੋਲ ਪਵਾਂ ਗੱਲਾਂ ਕਰੀ ਜਾਓ ਨਹੀਂ ਸਮਝ ਲੱਗਣੀ ਹਾਂਜੀ ਇੱਕ ਵਾਰ ਚੜ੍ਹਦੀ ਕਲਾ ਦਾ ਜਕਾਰਾ ਹੋ ਜਾਵੇ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਜ ਗੱਜ ਕੇ ਜਕਾਰੇ ਬੁਲਾਵੇ ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ ਗੁਰੂ ਗੋਬਿੰਦ ਸੁਣ ਕੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਖਾਲਸਾ ਵਾਹਿਗੁਰੂ ਫਤਿਹ ਤਾਂ ਇਹ ਸੀ ਨਿਹੰਗ ਸਿੰਘ ਬਾਬਾ ਜੀ ਜਿਨ੍ਹਾਂ ਨੇ ਰਗੜਾ ਉਹ ਲਾ ਰਹੇ ਨੇ ਅਤੇ ਕੀ ਮਰਿਆਦਾ ਰਗੜੇ ਦੀ ਕਿ ਕੀ ਪੈਂਦਾ ਇਹ ਸਾਰੀ ਜਾਣਕਾਰੀ ਬਾਬਾ ਜੀ ਨੇ ਸਾਨੂੰ ਦਿੱਤੀ ਆ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀ ਵੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ